नहीं मैं ज्यादा ना पहले सूट विच वीडियोस बनांदी हुंदी सी ते लोकी ज्यादा मेनू सूट तो फॉलो करदे हुंदे सीगे मेरी बैक लुक हुंदी सीगी तां फेस मैं शो नहीं सी करदी हुंदी फिर मैं अपना फेस भी शुरू कर दिता दिखाना मेरा रियल नेम हैगा सुमन तां वैसे जो मशहूर है वो आलिया क्यूट है सत श्रीकाल जी स्वागत है सारिआं दा मैं गुरचेत सिंह और ते तुहाडे नाल हमेशा हर वीडियो दे लास्ट दे विच वादा कीता हुंदा कि तुहानूं नवीं थां ते नवीं जगह ते नवे लोकां दे नाल मिलावांगे ते अज पहलां ते यार मेरे मतलब ठंड इन्नी कि ज़्यादा है मूँह च धुआं निकल जाता मैं समझ आता मैं बोला या ना बोला मौसम ही इदां दा मीह पई जांदा सवेर दा सो गल्लबात कर देंगे जिवें तुहाडे नाल वादा सी उह वादे मुताबक अज असीं फिर नवीं थां ते पहुंचे हां ते अज तुहाडी इक मुलाकात करवाउण जा रहे हां इक जोड़ी दे नाल उह किवें बणी किवें मशहूर होए ਕਿੱਦਾਂ ਉਹਨਾਂ ਦੀ ਕਹਾਣੀ ਬਣੀ ਕਿਵੇਂ ਇੰਸਟਾਗ੍ਰਾਮ 'ਤੇ ਜਾਂ ਫਿਰ ਮੌਜ 'ਤੇ ਮਸ਼ਹੂਰ ਹੋਏ ਅਤੇ ਕੀ ਪਲੇਟਫਾਰਮ ਸੀ ਉਹਨਾਂ ਦੇ ਵਿੱਚ ਅਤੇ ਫੈਮਿਲੀ ਦੀ ਹੈਲਪ ਕਿੱਦਾਂ ਸੀ ਤਾਂ ਅੱਜ ਮੇਰੇ ਨਾਲ ਗਿੱਲ ਅਤੇ ਆਲੀਆ ਮੌਜੂਦ ਨੇ ਸਵਾਗਤ ਕਰਦੇ ਪਹਿਲਾਂ ਦੋਨਾਂ ਜਣਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਯਾਰ ਮੈਂ ਪਹਿਲਾ ਸਵਾਲ ਮੈਂ ਕਰੂੰਗਾ ਵੀ ਤੁਹਾਡੇ ਦੋਨਾਂ ਦੇ ਵਾਲ ਰੰਗ ਬਰੰਗੇ ਕਿਉਂ ਹੋਏ ਇਹ ਖੁਦ ਸ਼ੌਂਕ ਨਾਲ ਕਰਵਾਏ ਹੋਏ ਨੇ ਪਹਿਲਾਂ ਕਿੰਨੇ ਕਰਾਏ ਪਹਿਲਾਂ ਇਹਨਾਂ ਨੇ ਕਰਾਏ ਅੱਛਾ ਫਿਰ ਇਹ ਨਾਲ ਵੇਖ ਕੇ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਫਿਰ ਉਧਰ ਹੀ ਹਾਂਜੀ ਤੇ ਫਿਰ ਪਹਿਲਾਂ ਇੰਸਟਾ ਤੇ ਜਾਂ ਟਿਕਟੋਕ ਤੇ ਪਹਿਲਾਂ ਕੌਣ ਆਇਆ ਮੈਂ ਆਈ ਸੀਗੀ ਇਹ ਉਲਟ ਕਿਵੇਂ ਹੋ ਗਿਆ ਵਾਲ ਇੰਨੇ ਕਰਾਏ ਰੰਗ ਉਧਰ ਚੜਿਆ ਟਿਕਟੋਕ ਤੇ ਪਹਿਲਾਂ ਉਹ ਮਸ਼ਹੂਰ ਸੀ ਮੁੜ ਕੇ ਆ ਅੱਛਾ ਚਲੋ ਫਿਰ ਕਿੱਦਾਂ ਮਸ਼ਹੂਰ ਕਿਵੇਂ ਹੋਏ ਪਹਿਲਾਂ ਪਹਿਲਾਂ ਤਾਂ ਮੇਰੀ ਸਿਸਟਰ ਵੀਡੀਓ ਬਣਾਉਂਦੇ ਹੁੰਦੇ ਸੀ ਤਾਂ ਉਹਨਾਂ ਵੱਲ ਦੇਖ ਕੇ ਮੈਨੂੰ ਸ਼ੌਂਕ ਆਇਆ ਕਿ ਮੈਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰਾਂ ਤਾਂ ਮੈਂ ਆਪਣੀ ਫੈਮਿਲੀ ਤੋਂ ਚੋਰੀ ਵੀਡੀਓ ਬਣਾਉਂਦੀ ਹੁੰਦੀ ਸੀਗੀ ਫੇਸ ਨਹੀਂ ਸ਼ੋ ਕਰਦੀ ਹੁੰਦੀ ਲੋਕਾਂ ਦੇ ਸਾਹਮਣੇ ਜਦ ਮੇਰੀਆਂ ਬਿਨਾਂ ਫੇਸ ਤੋਂ ਵੀਡੀਓ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਮੈਂ ਹੌਲੀ ਹੌਲੀ ਆਪਣਾ ਫੇਸ ਦਿਖਾਉਣਾ ਵੀ ਸ਼ੁਰੂ ਕਰ ਦਿੱਤਾ ਸੀਗਾ ਫਿਰ ਉਸ ਤੋਂ ਬਾਅਦ ਮੇਰੀ ਸਿਸਟਰ ਨਾਲ ਵੀਡੀਓ ਇੱਕ ਵਾਇਰਲ ਹੋਈ ਸੀ ਬਹੁਤ ਜ਼ਿਆਦਾ ਤਾਂ ਉਸ ਤੋਂ ਬਾਅਦ ਫਿਰ ਮੈਂ ਵੀਡੀਓ ਬਣਾਉਣੀ ਮੈਂ ਇੱਕ ਗੱਲ ਪੁੱਛੂੰਗਾ ਹਾਂਜੀ ਤੁਸੀਂ ਬਿਨਾਂ ਫੇਸ ਤੋਂ ਵਾਇਰਲ ਹੋ ਗਏ ਸਾਡੇ ਬੰਦੇ ਨੂੰ ਮੈਂ ਨਾ ਵੀ 6 ਮਹੀਨੇ ਮੱਥਾ ਮਾਰ ਦੇਣ ਹੋ ਗਏ ਜਿਹੜਾ ਕੈਮਰਾ ਮੈਨ ਕਦੀ ਕਹਿੰਦਾ ਭਾਅ ਜੀ ਮੈਂ ਸਹੀ ਤਰ੍ਹਾਂ ਵੀਡੀਓ ਕੱਪੜੇ 'ਚ ਬਣਾ ਕੇ ਤਾਂ ਵੀ ਨਹੀਂ ਵਾਇਰਲ ਹੋਇਆ ਫਿਰ ਕਹਿੰਦਾ ਭਾਅ ਜੀ ਮੇਰਾ ਟਿਕਟੋਕ 'ਤੇ 1 ਮਿਲੀਅਨ ਫੋਲੋਵਰ ਸੀ ਪੁਰਾਣੇ ਕੱਪੜੇ ਖੁੱਲ੍ਹੇ ਪੈਂਟ ਵਾਲੇ ਉਹ ਫਿਰ ਵਿਚਾਰਾ ਮੱਥਾ ਮਾਰੀ ਜਾਂਦਾ ਉਹ ਅਜੇ ਤੱਕ ਵਾਇਰਲ ਨਹੀਂ ਹੋਇਆ ਤੁਸੀਂ ਬਿਨਾਂ ਬੇਸ ਤੋਂ ਵਾਇਰਲ ਹੋ ਗਏ ਯਾਰ ਨਹੀਂ ਮੈਂ ਜ਼ਿਆਦਾ ਨਾ ਪਹਿਲੇ ਸੂਟ ਵਿੱਚ ਵੀਡੀਓਜ਼ ਬਣਾਉਂਦੀ ਹੁੰਦੀ ਸੀ ਅਤੇ ਲੋਕ ਜ਼ਿਆਦਾ ਮੈਨੂੰ ਸੂਟ ਤੋਂ ਫੋਲੋ ਕਰਦੇ ਹੁੰਦੇ ਸੀਗੇ ਮੇਰੀ ਬੈਕ ਲੁੱਕ ਹੁੰਦੀ ਸੀਗੀ ਤਾਂ ਫੇਸ ਮੈਂ ਸ਼ੋ ਨਹੀਂ ਸੀ ਕਰਦੀ ਹੁੰਦੀ ਫਿਰ ਮੈਂ ਆਪਣਾ ਫੇਸ ਵੀ ਸ਼ੁਰੂ ਕਰ ਦਿੱਤਾ ਦਿਖਾਉਣਾ ਤਾਂ ਵੀਡੀਓ ਵਾਇਰਲ ਹੋਣੀ ਸਟਾਰਟ ਹੋ ਗਈਆਂ ਤੇ ਉਦੋਂ ਘਰਦਿਆਂ ਨੂੰ ਪਤਾ ਨਹੀਂ ਸੀ ਨਹੀਂ ਉਦੋਂ ਨਹੀਂ ਸੀ ਪਤਾ ਜਦੋਂ ਮੈਂ ਆਪਣਾ ਫੇਸ ਸ਼ੁਰੂ ਕਰ ਦਿੱਤਾ ਨਾ ਦਿਖਾਉਣਾ ਸਭ ਨੂੰ ਤਾਂ ਫਿਰ ਮੈਂ ਆਪਣੇ ਬ੍ਰਦਰ ਨੂੰ ਫਿਰ ਵੀ ਨਹੀਂ ਦੱਸਿਆ ਹੈਗਾ ਕਿ ਮੈਂ ਮਤਲਬ ਕਿ ਵੀਡੀਓ ਬਣਾਉਣੀਆਂ ਸਟਾਰਟ ਕੀਤੀਆਂ ਮੰਮਾ ਨੂੰ ਪਤਾ ਸੀ ਮੇਰੀ ਸਿਸਟਰ ਬਹੁਤ ਜ਼ਿਆਦਾ ਮੈਨੂੰ ਸਪੋਰਟ ਕਰਦੇ ਹੁੰਦੇ ਸੀ ਉਸ ਟਾਈਮ 'ਤੇ ਕਿ ਤੂੰ ਕੋਈ ਨਾ ਕਰ ਮੈਂ ਬ੍ਰਦਰ ਨੂੰ ਆਪੇ ਹੈਂਡਲ ਕਰ ਲੂੰਗੀ ਤਾਂ ਬਾਅਦ ਵਿੱਚ ਜਦੋਂ ਟਿਕਟੋਕ ਬੈਨ ਹੋ ਗਿਆ ਉਸ ਤੋਂ ਬਾਅਦ ਜਦੋਂ ਮੈਂ ਇੰਸਟਾ 'ਤੇ ਆਈ ਸੀਗੀ ਤਾਂ ਇੰਸਟਾ 'ਤੇ ਫਿਰ ਮੈਂ ਆਪਣੇ ਬ੍ਰਦਰ ਨੂੰ ਵੀ ਦੱਸਿਆ ਸੀਗਾ ਤਾਂ ਫਿਰ ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ ਤਾਂ ਉਹ ਹੁਣ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਮਤਲਬ ਇਹ ਕਿੱਦਾਂ ਹੋਇਆ ਵੀ ਸ਼ੌਂਕ ਹੈਗਾ ਪਰ ਹੌਲੀ 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 ਕਹਿੰਦੇ ਕਦਮ ਰੱਖਦੇ 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 ਆ ਗਏ ਤੇ ਫਿਰ ਜਦੋਂ ਬਣਾਉਂਦੇ ਹੁੰਦੇ ਸੀ ਰੀਲਸ ਉਦੋਂ ਬਣਾਉਂਦਾ ਕੌਣ ਹੁੰਦਾ ਸੀ ਉਦੋਂ ਮੇਰੀ ਇਹ ਸਿਸਟਰ ਬਣਾਉਂਦੇ ਹੁੰਦੇ ਸੀ ਜ਼ਿਆਦਾ ਅੱਛਾ ਉਹੀ ਸਪੋਰਟ ਕਰਦੇ ਹੁੰਦੇ ਸੀ ਹਾਂਜੀ ਤੇ ਫਿਰ ਇਹਨਾਂ ਦੇ ਨਾਲ ਮਿਲਾਪ ਕਿੱਦਾਂ ਹੋਇਆ ਇਹਨਾਂ ਦਾ ਮੈਨੂੰ ਇੰਸਟਾ 'ਤੇ ਮੈਸੇਜ ਆਇਆ ਸੀਗਾ ਕਿ ਅਸੀਂ ਮਤਲਬ ਸੌਂਗ ਕਰਨਾ ਤਾਂ ਤੁਹਾਨੂੰ ਸੌਂਗ ਦੇ ਵਿੱਚ ਲੈਣਾ ਹੈ ਤਾਂ ਉਸ ਤੋਂ ਬਾਅਦ ਸਾਡੀ ਇਹਨਾਂ ਨਾਲ ਮੁਲਾਕਾਤ ਹੋਣੀ ਸਟਾਰਟ ਹੋ ਗਈ ਸੀਗੀ ਫਿਰ ਅਸੀਂ ਇਕੱਠੇ ਵੀਡੀਓ ਬਣਾਉਣਾ ਸਟਾਰਟ ਕਰ ਦਿੱਤੀਆਂ ਸੀਗੀਆਂ ਤੁਸੀਂ ਫੋਰਸ ਕੀਤਾ ਨਹੀਂ ਨਹੀਂ ਇਹਨਾਂ ਨੇ ਕੀਤਾ ਮੈਨੂੰ ਅੱਛਾ ਇਹਨਾਂ ਨੇ ਕਿਹਾ ਸੀ ਨਹੀਂ ਆਪਾਂ ਵੀਡੀਓ ਇਕੱਠੇ ਬਣਾਉਣਾ ਭਾਈ ਤੁਹਾਡਾ ਨਾਮ ਰੀਅਲ ਕੀ ਆ ਇਹਨਾਂ ਦਾ ਹਾਂ ਪਹਿਲਾਂ ਇਹਨਾਂ ਦੇ 2 ਵਜੇ ਫਿਰ ਉਧਰ ਪੁੱਛਦੇ ਮੇਰਾ ਨਾਮ ਮੇਜਰ ਸਿੰਘ ਹੈ ਜੀ ਅੱਛਾ ਮੇਜਰ ਸਿੰਘ ਤੋਂ ਇਕੱਲਾ ਗਿੱਲ ਜੀ ਤੇ ਤੁਹਾਡਾ ਮੇਰਾ ਰੀਅਲ ਨੇਮ ਹੈਗਾ ਸੁਮਨ ਤਾਂ ਵੈਸੇ ਜੋ ਮਸ਼ਹੂਰ ਆ ਉਹ ਆਲੀਆ ਕਿਊਟ ਆ ਤੁਹਾਡਾ ਗਿੱਲ ਨਾਮ ਕਿਹਨੇ ਰੱਖਿਆ ਗੋਤਾ ਗਿੱਲ ਅੱਛਾ ਮਤਲਬ ਤਾਂ ਗਿੱਲ ਰਹਿ ਗਿਆ ਤੇ ਤੁਹਾਡਾ ਮੇਰਾ ਨਾਮ ਮੇਰੀ ਇੱਕ ਫਰੈਂਡ ਹੁੰਦੀ ਸੀ ਤਾਂ ਉਹਨੇ ਮੇਰਾ ਨਾਮ ਰੱਖਿਆ ਸੀਗਾ ਉਸ ਤੋਂ ਬਾਅਦ ਮੈਂ ਆਪਣੀ ਆਈਡੀ ਵੀ ਇਸੇ ਨਾਮ ਤੇ ਬਣਾ ਲਈ ਸੀਗੀ ਮੁਕਰਨਾ ਨਹੀਂ ਹਾਂਜੀ ਸੱਚੀ ਤੁਸੀਂ ਪਹਿਲਾਂ ਕਿਹਾ ਕਿ ਮੈਂ ਆਪਣਾ ਆਲੀਆ ਨਾਮ ਖੁਦ ਰੱਖਿਆ ਨਹੀਂ ਨਹੀਂ ਮੈਂ ਫਰੈਂਡ ਦਾ ਨਾਮ ਲਿਆ ਸੀ ਤੁਹਾਨੂੰ ਸੁਣਿਆ ਨਹੀਂ ਸੀਗਾ ਨਹੀਂ ਸੱਚੀ ਨਹੀਂ ਮਤਲਬ ਇਹ ਬਿਲਕੁਲ ਗਲਤ ਇਹ ਬੇਬੁਨਿਆਦ ਜਿਹੜੇ ਸਬੂਤ ਲਾਏ ਜਾ ਰਹੇ ਨੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਮੈਂ ਖੁਦ ਆਪਦਾ ਨਾਮ ਖੁਦ ਰੱਖਿਆ ਨਹੀਂ ਮੈਂ ਤੁਹਾਨੂੰ ਫਰੈਂਡ ਬੋਲਿਆ ਸੀ ਤੁਹਾਨੂੰ ਸੁਣਿਆ ਨਹੀਂ ਸੀਗਾ ਹੋ ਸਕਦਾ ਪੱਗ ਬੰਨੀ ਹੋਵੇ ਜਾਂ ਮਤਲਬ ਮਾਹੌਲ ਇਦਾਂ ਦਾ ਮੀਂਹ ਮੂੰਹ ਪਈ ਜਾਂਦਾ ਪਿੱਛੇ ਨਾ ਸੁਣਿਆ ਹੋਵੇ ਹਾਂਜੀ ਅੱਛਾ ਵੈਸੇ ਤੁਸੀਂ ਬਿਲੋਂਗ ਕਿੱਥੋਂ ਕਰਦੇ ਵੈਸੇ ਮੈਂ ਸਾਡਾ ਮੈਂ ਇਧਰੋਂ ਪੁੱਛਿਆ ਸੀ ਨਹੀਂ ਨਹੀਂ ਮੈਂ ਵੈਸੇ ਮੈਂ ਦੋਨਾਂ ਨੂੰ ਪੁੱਛਿਆ ਸੀ ਮੈਂ ਤਲਵੰਡੀ ਗ੍ਰੈਡੀਅਰ ਦਾ ਬਣਾ ਦਿੱਤਾ ਜੀ ਅੱਛਾ ਠੀਕ ਹੈ ਤੁਸੀਂ ਮੇਰੇ ਵਿਲੇਜ ਦਾ ਨਾਮ ਹੈਗਾ ਚੱਕ ਸ਼ਰੀਫ ਕਿਹੜਾ ਚੱਕ ਸ਼ਰੀਫ ਚੱਕ ਸ਼ਰੀਫ ਹਾਂਜੀ ਵੇਖੋ ਭਲਾ ਸ਼ਰੀਫ ਲੱਗਦੇ ਨੇ ਅੱਛਾ ਮਤਲਬ ਫਿਰ ਤੁਹਾਡਾ ਇੱਕ ਗਾਣੇ ਦੇ ਥਰੂ ਮੇਲ ਹੋਇਆ ਸੀ ਹਾਂਜੀ ਤੇ ਫਿਰ ਤੁਸੀਂ ਹੁਣ ਇਕੱਠੇ ਮਤਲਬ ਰੀਲਸ ਬਣਾ ਰਹੇ ਹੋ ਹਾਂਜੀ ਸਹੀ ਹੈ ਤੇ ਜਿਵੇਂ ਹੁਣ ਤੁਸੀਂ ਮੌਜ ਤੇ ਵੀ ਕਾਫੀ ਮਤਲਬ ਫੇਮਸ ਹੋ ਤੇ ਕਿਦਾਂ ਦੇ ਮਰ ਕਰੈਕਟਰ ਉਹਦੇ ਚ ਜੂਸ ਹੁੰਦੇ ਉੱਤੇ ਜ਼ਿਆਦਾ ਕਪਲ ਵੀਡੀਓ ਮੰਗਦੇ ਨੇ ਹੂੰ
ਕਰਕੇ ਦੋਨਾਂ ਦੀਆਂ ਵੀਡੀਓ ਜ਼ਿਆਦਾ ਵਾਇਰਲ ਹੁੰਦੀਆਂ ਸਾਡੀਆਂ ਹਾਂਜੀ ਤੇ ਫਿਰ ਦੋਨੇ ਜਾਣੇ ਮਤਲਬ ਦੂਰ ਦੂਰ ਫਿਰ ਰੀਲ ਕਿਵੇਂ ਬਣਾਉਂਦੇ ਨਹੀਂ ਸਾਡੇ ਘਰੇ ਰਹਿੰਦੇ ਕੀ ਬਾਤ ਹੈ ਤੇ ਇੱਧਰ ਅਲਾਓ ਕਰਦੇ ਨੇ ਘਰ ਦੇ ਹਾਂਜੀ ਪੱਕੀ ਗੱਲ ਇਹਨਾਂ ਦੇ ਘਰਦਿਆਂ ਨੂੰ ਵੀ ਅਲਾਓ ਕਰਦੇ ਮੇਰੇ ਘਰ ਦੇ ਵਿੱਚ ਅਸੀਂ ਦੋਨੋਂ ਮਿਲ ਕੇ ਫਰੈਂਡ ਸਰਕਲ ਦੇ ਵਿੱਚ ਆ चलो जो बैक वीडियो बनाई पहली हो सकता ਇਹ ਅਕਸਰ ਜੇ ਕਿਸੇ ਨੂੰ ਪੁੱਛ ਲੈਣ ਕਹਿੰਦਾ ਭਾਜੀ ਮੈਂ ਪਹਿਲੀ ਵੀਡੀਓ ਪਾਈ ਤੇ ਪਹਿਲੀ ਵੀਡੀਓ ਹੀ ਮੇਰੀ ਮਿਲੀਅਨ ਨਹੀਂ ਜੋ ਰਿਐਲਿਟੀ ਮੈਂ ਉਹ ਦੱਸਿਆ ਤੁਹਾਨੂੰ ਨਹੀਂ ਵੈਸੇ ਇਦਾਂ ਹੋ ਸਕਦਾ ਕਿ ਬੰਦੇ ਨੇ ਪਹਿਲੀ ਵੀਡੀਓ ਪਾਈ ਤੇ ਪਹਿਲੀ ਮਿਲੀਅਨ ਨਹੀਂ ਤੁਹਾਡੀ ਮੇਰੇ ਨਾਲ ਹੋਇਆ ਸੀ ਭਾਜੀ ਕੀ ਬਾਤ ਹੈ ਯਾਰ ਇਹ ਸੱਚ ਹੈ ਸੱਚ ਹੈ ਭਾਜੀ ਕਿਵੇਂ ਹੋਈ ਵਾਇਰਲ ਮੈਂ ਕੁੜੀ ਨਾ ਜਿਹੜੀ ਡਰੈਡ ਲੁੱਕ ਵਾਲੀ ਵਿਸ਼ਰਾ ਥੋੜ ਮੈਂ ਉਹਨਾਂ ਨਾਲ ਵਰਕ ਕਰਦਾ ਸੀਗਾ मिलाप किन्नी दूर किदा होया मैनू छक लगदा नहीं चलो सही है फिर हुण जिंदगी कैसे बतीत हो रही है बहुत वधिया भाजी ते हुण की प्लान अगे जिंदगी दे क्योंकि हमेशा जो इंस्टाग्राम ते बंदा थोड़ा जिहा स्टार हो जांदा फिर उहनूं इह हुंदा कि सानूं किसे मूवी च काम मिले जां सानूं किसे चंगा प्रोजेक्ट मिले जी फिर किवें सोचा अगे कोई ऑफर आई है जां सोचा होवे नहीं ऑफर तां सॉन्ग दे विच कीता सीगा ते अमीर कोल नाल सॉन्ग ते गए सी ते अगे देखो मालक दी कृपा जी ओह तां चलो क्राउड ते गए सीगा हुण मौका मिलेगा ते असीं जावांगे जरूर चलो सही है तो हूँ जिवें इंस्टाग्राम से टिकटॉक से है ना टिकटॉक से काफ़ी लोगों का दिल टुटे साढ़े भी एक बंदा है जो दिल टुटिया मतलब 75K के लागे मतलब फॉलोवर है ना हूँ बंदा मत्था मारी जाता वह कहता भाजी मैं वायरल होना किवें होवां किवें हो सकता बंदा वायरल नहीं तो अक्सर कहते हैं बस रील बनाओ तो बंदा वायरल हो जाता पर वो बंदे 6 महीने हो गए कहता भाजी मैं वायरल होना किदा होवां यार किसी बंदे तो मैं सलाह लई अज ਤੁਸੀਂ ਦੋਨੇ ਵਾਇਰਲ ਹੋਣ ਮੈਂ ਤਾਂ ਕਰਕੇ ਸਵਾਲ ਪੁੱਛਿਆ ਵੀ ਹਾਂ ਵੀ ਕਿਵੇਂ ਬੰਦਾ ਹੋ ਸਕਦਾ ਉਹ ਤਾਂ ਕਿਸਮਤ ਹੀ ਹੈ ਕਿ ਜੇ ਅਸੀਂ ਡੇਲੀ ਅਪਡੇਟ ਰਵਾਂਗੇ ਇੰਸਟਾ ਦੇ ਉੱਤੇ ਜਾਂ ਡੇਲੀ ਰੀਲ ਅਪਲੋਡ ਕਰਾਂਗੇ ਤਾਂ ਕਿਸਮਤ ਹੀ ਹੈ ਕਿ ਜੇ ਸਾਡੀ ਰੀਲ ਚੱਲਦੇ ਤੇ ਚੱਲ ਜੇ ਠੀਕ ਹੈ ਨਾ ਚੱਲੇ ਤਾਂ ਰੁਕਣਾ ਹੀ ਆ ਬਾਕੀ ਪਰ ਅੱਜ ਕੱਲ੍ਹ ਦਾ ਜਿੰਨਾ ਵੀ ਮੈਂ ਨਾ ਜਿਹੜੇ ਮਰਜ਼ੀ ਪਾਸੇ ਦੇਖ ਲਓ ਹਰ ਇੱਕ ਬੰਦਾ ਕਹਿੰਦਾ ਵੀ ਬਸ ਇੰਸਟਾ ਰੀਲ ਇੰਸਟਾ ਜਾਂ ਫੋਟੋਸ਼ੂਟ ਜੀ ਬਸ ਇਹ 3 ਚੀਜ਼ਾਂ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਕੋਲ ਆ ਨਹੀਂ ਤਾਂ ਮਤਲਬ ਅੱਗੇ ਹੁੰਦਾ ਸੀ ਚਲੋ ਆਪੋ ਆਪਣੇ ਕੰਮ ਧੰਦੇ 'ਤੇ ਧਿਆਨ ਕਰਨ ਪਰ ਹੁਣ ਇੰਨੇ ਜਾਣੇ ਨੇ ਜੇ ਸਾਰੇ ਸਟਾਰ ਬਣ ਗਏ ਤਾਂ ਦੇਖੂ ਕੌਣ ਸਹੀ ਗੱਲ ਇਹ ਕੀਤਾ ਸ਼ਾਇਦ ਉਹਨਾਂ ਦੇ ਵਿੱਚ ਆਉਂਦਾ ਹੋਵੇ ਸ਼ਾਇਦ ਮੈਂ ਵੀ ਪਰ ਨਹੀਂ ਯਾਰ ਵੈਗਰ ਤੈਨੂੰ ਵੀ ਸਟਾਰ ਬਣਾਊਂਗਾ ਟੈਨਸ਼ਨ ਇਹ ਦਿਲ ਨਹੀਂ ਹੌਲਾ ਕਰਨ ਇਹ ਭਾਜੀ ਮੈਂ ਆਡੀਅੰਸ ਨੂੰ ਜਿਹੜਾ ਆਡੀਅੰਸ ਦੇ ਪਿੱਛੇ ਜਿਹੜਾ ਕੈਮਰਾਮੈਨ ਬੈਠਾ ਮੈਨੂੰ ਆ ਕਰ ਅੱਛਾ ਫਿਰ ਗੱਲ ਜਿਵੇਂ ਹੁਣ ਤੁਹਾਡੀ ਫੈਮਿਲੀ 'ਚ ਕੌਣ ਕੌਣ ਨੇ ਮੇਰੀ ਫੈਮਿਲੀ 'ਚ ਮੰਮੀ ਡੈਡੀ ਨੇ ਉਹ ਤਾਂ ਸਾਰਿਆਂ ਦੀ ਸੁਣਦੇ ਹਾਂਜੀ ਦੋ ਬ੍ਰਦਰ ਸੀਗੇ ਆਪਾਂ ਦੋ ਸਿਸਟਰ ਨੇ ਸਿਸਟਰ ਵੀ ਮੈਰਿਜ ਆ छोटे ਨਾਲੇ ਹੁਣ ਤਾਂ ਇਸ ਵਕਤ ਉਹੀ ਵੱਡੇ ਆ ਹਾਂਜੀ ਹਾਂਜੀ ਮਤਲਬ ਉਹਨਾਂ ਦੀ ਤਾਂ ਵਿਆਹ ਹੋ ਗਿਆ ਨਾ ਉਹ ਤਾਂ ਆਪਣੇ ਘਰੇ ਚਲੇ ਗਈ ਜੀ ਜੀ ਹਾਂਜੀ ਅੱਛਾ ਤੇ ਫਿਰ ਤੁਸੀਂ ਸਾਰੇ ਤੋਂ ਛੋਟੇ ਹਾਂਜੀ ਤਾਂ ਇਹ ਤੁਹਾਨੂੰ ਮਤਲਬ ਲਾੜਲੇ ਕਰਕੇ ਵੀ ਆ ਚੀਜ਼ ਦੂਜੀਆਂ ਭੈਣਾਂ ਦੇ ਵੀ ਇਦਾਂ ਦੇ ਵਾਲ ਹੈਗੇ ਨੇ ਨਹੀਂ ਕਿਉਂ ਨਹੀਂ ਉਹ ਸਿੰਪਲ ਹੀ ਆ ਤੇ ਤੁਹਾਨੂੰ ਇਹ ਸ਼ੌਂਕ ਕਿਉਂ ਪਿਆ ਮੈਨੂੰ ਇਸ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਪਹਿਲਾਂ ਕਰਵਾਏ ਹੋਏ ਸੀ ਉਹ ਥੋੜੇ ਲਾਈਟ ਸੀਗੇ ਆ ਮੈਂ ਥੋੜੇ ਦਿਨ ਹੋਏ 2-4 ਦਿਨ ਹੋਏ ਮੈਂ ਕਰਵਾਏ ਸੀ ਕਿ ਮੇਰਾ ਬਰਥਡੇ ਸੀਗਾ ਇਹ ਵਾਲੀ 6 ਤਰੀਕ ਨੂੰ फिर जिंदगी उतार चढ़ाव किन्ने का है बस इदां ही लाइफ दे विच
ਮੰਮਾ ਨੇ ਕੀਤਾ ਸਭ ਕੁਛ ਜੋ ਵੀ ਕੀਤਾ ਸਟੱਡੀ ਵੀ ਪਾਪਾ ਦੇ ਕਰਕੇ ਬਹੁਤ ਜ਼ਿਆਦਾ ਘੱਟ ਕੀਤੀ ਹੋਈ ਸੀਗੀ ਪਲੱਸ ਟੂ ਕੰਪਲੀਟ ਹੋਈ ਸੀਗੀ ਤਾਂ ਉਸ ਤੋਂ ਬਾਅਦ ਕੁਛ ਨਹੀਂ ਕਰ ਪਾਏ ਤਾਂ ਮੇਰੀ ਸਿਸਟਰ ਦਾ ਸਲੂਨ ਸੀਗਾ ਇੱਕ ਸਿਸਟਰ ਮੇਰੇ ਬਾਹਰ ਨੇ ਫੋਰਨ 'ਚ ਤਾਂ ਇੱਦਾਂ ਥੋੜ੍ਹਾ ਬਹੁਤਾ ਵਾਲ ਵੀ ਉੱਥੇ ਫ੍ਰੀ 'ਚ ਕਰਾਏ ਨਹੀਂ ਵਾਲ ਤਾਂ ਮੈਂ ਇੱਕ ਲੈਬ ਕਰਕੇ ਆਈ ਸੀਗੀ ਬਟਾਲੇ ਹਾਂਜੀ ਅੱਛਾ ਤੇ ਫਿਰ ਤੁਸੀਂ ਹੁਣ ਇਸ ਟਾਈਮ ਕਰੀ ਹਾਂਜੀ ਵੈਸੇ ਤਾਂ ਮੈਂ ਚੰਡੀਗੜ੍ਹ ਰਹਿੰਦੀ ਹਾਂ ਹੁਣ ਸਿਸਟਰ ਦੀ ਮੈਰਿਜ ਆ ਉਹਨਾਂ ਦੇ ਕਰਕੇ ਮੈਂ ਥੋੜ੍ਹਾ ਟਾਈਮ ਕਰੇ ਹਾਂ ਤੇ ਉਹ ਫਿਰ ਚੰਡੀਗੜ੍ਹ ਕਿਵੇਂ ਇੰਨਾ ਖਰਚਾ ਉਹ ਤਾਂ ਕਹਿੰਦੇ ਵੀ ਸ਼ਹਿਰ ਹੀ ਬੜਾ ਮਹਿੰਗਾ ਤੇ ਉੱਥੇ ਇੰਨਾ ਖਰਚਾ ਕਿਵੇਂ ਫਿਰ ਉੱਥੇ ਥੋੜ੍ਹਾ ਸੀ ਸ਼ੂਟ ਵਗੈਰਾ ਤੇ ਚਲੇ ਜਾਈਦਾ ਡੇਲੀ ਚਲੇ ਜਾਈਦਾ ਸੀਰੀਅਲ ਦੇ ਵਿੱਚ ਇੱਕ ਸੀਰੀਅਲ ਆਉਂਦਾ ਉਡਾਰੀਆਂ ਕਲਰਸ ਤੇ ਆਉਂਦਾ ਉੱਥੇ ਚਲੇ ਜਾਈਦਾ ਕੀ ਬਾਤ ਹੈ ਜੀ ਤੇ ਗਿਲ ਜੀ ਤੁਸੀਂ ਇਹ ਵੀ ਨਾਲ ਨਾਲ ਹੀ ਨਾਲ ਤੁਸੀਂ ਕੰਮ ਕਰਦੇ ਜੀ ਚਲੋ ਸਹੀ ਹੈ ਮਤਲਬ ਜੋੜੀ ਚਾਹੀਦੀ ਹੁੰਦੀ ਨਹੀਂ ਇੱਕ ਐਕਟਰ ਤੇ ਇੱਕ ਕੈਮਰਾਮੈਨ ਇੱਧਰ ਤਾਂ ਮਤਲਬ ਦੋਨੇ ਹੁਣ ਤੁਸੀਂ ਵੀ ਐਕਟਰ ਬਣ ਗਏ ਤੁਹਾਡਾ ਕੈਮਰਾਮੈਨ ਕੌਣ ਹੁੰਦਾ ਹੁਣ ਦੋਨਾਂ ਦਾ ਐਕਚੁਅਲੀ ਇਹਨਾਂ ਦੀਆਂ ਵੀਡੀਓ ਤਾਂ ਮੈਂ ਹੀ ਬਣਾਉਂਦੀ ਹਾਂ ਜ਼ਿਆਦਾਤਰ ਮੇਰੀਆਂ ਵੀਡੀਓ ਇਸ ਇਹੀ ਸ਼ੂਟ ਕਰਦੇ ਨੇ ਤੇ ਜਦੋਂ ਸਾਨੂੰ ਕਪਲ ਵੀਡੀਓ ਆਜੇ ਤਾਂ ਮੇਰਾ ਬ੍ਰਦਰ ਸ਼ੂਟ ਕਰਦੇ ਨੇ ਅੱਛਾ ਫਿਰ ਟੀਮ ਵਾਲਾ ਕੈਮਰਾਮੈਨ ਫਿਰ ਪਿੱਛੇ ਮਤਲਬ ਕਹਿੰਦੇ ਹੋ ਨਾ ਸਪੇਅਰ ਅਰੇਂਜ ਕਰਕੇ ਰੱਖਿਆ ਹੋਇਆ ਬ੍ਰਦਰ ਹੈਲਪ ਕਰਾ ਦਿੰਦਾ ਤੇ ਉਹ ਕਹਿੰਦਾ ਨੇ ਵੀ ਤੁਸੀਂ ਐਵੇਂ ਦਾ ਬਸ ਕਰੋ ਯਾਰ ਉਹਨੂੰ ਖਵਾਓ ਨਹੀਂ ਨਹੀਂ ਉਹ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਹੱਦ ਤੋਂ ਵੀ ਵੱਧ ਸਪੋਰਟ ਕਰਦੇ ਪਹਿਲਾਂ ਕਦੀ ਸੋਚਿਆ ਸੀ ਕਿ ਹਾਂ ਬ੍ਰਦਰ ਇਹਨੂੰ ਸਪੋਰਟ ਕਰੂ ਨਹੀਂ ਮੈਂ ਤਾਂ ਬਹੁਤ ਡਰਦੀ ਹੁੰਦੀ ਸੀ ਕਿ ਉਹਨਾਂ ਨੇ ਮੈਨੂੰ ਮਨਾ ਕਰਨਾ ਹੈ ਕਿ ਇਹ ਕੰਮ 'ਚ ਨਹੀਂ ਪੈਣਾ ਹੈਗਾ ਤਾਂ ਉਹ ਹੁਣ ਬਹੁਤ ਜ਼ਿਆਦਾ ਸਪੋਰਟ ਕਰਦੇ ਇਹ ਪੋਸੀਬਲ ਕਿਵੇਂ ਹੋਇਆ ਪਤਾ ਨਹੀਂ ਉਹਨਾਂ ਦੇ ਮਾਈਂਡ ਵਿੱਚ ਕੀ ਆਇਆ ਚਲੋ ਸਾਰਿਆਂ ਦੀਆਂ ਵੀਡੀਓਜ਼ ਦੇਖਦੇ ਹੁੰਦੇ ਉਹ ਵੀ ਉਹਨਾਂ ਨੇ ਵੀ ਹੁਣ ਖੁਦ ਸ਼ੌਂਕ ਪੈ ਗਿਆ ਕਿ ਅਸੀਂ ਵੀ ਮਤਲਬ ਕਿ ਵੀਡੀਓਜ਼ ਬਣਾਉਣੀਆਂ ਸਟਾਰਟ ਕਰੀਏ ਬਣਾਉਂਦੇ ਨੇ ਉਹ ਵੀ ਐਕਟਿੰਗ ਦਾ ਸ਼ੌਂਕ ਹੈ ਜਾਂ ਹੋਰ ਵੀ ਕੋਈ ਹੈਗਾ ਹਾਂਜੀ ਐਕਟਿੰਗ ਦਾ ਹੈਗਾ ਸ਼ੌਂਕ ਕਿ ਮੈਂ ਸੀਰੀਅਲ ਦੇ ਵਿੱਚ ਜਾਂ ਕਿਸੇ ਮੂਵੀ ਦੇ ਵਿੱਚ ਸੌਂਗਸ ਵਗੈਰਾ ਕਰਾਂ ਮੈਂ ਤੇ ਗਿੱਲ ਸਾਹਿਬ ਆਪਾਂ ਨੂੰ ਵੀ ਇਹੀ ਸ਼ੌਂਕ ਹੈ ਜੀ ਹੁਣ ਇਹ ਕਿਵੇਂ ਹੋਇਆ ਮਤਲਬ ਇੱਕ ਕੈਮਰਾਮੈਨ ਨੂੰ ਐਕਟਿੰਗ ਦਾ ਸ਼ੌਂਕ ਕਿਵੇਂ ਪਿਆ ਕਿਵੇਂ ਕੈਮਰੇ ਸਾਹਮਣੇ ਕਿਵੇਂ ਆਇਆ ਕੈਮਰੇ ਸਾਹਮਣੇ ਤਾਂ ਇਹੀ ਲਿਆਉਣ ਵਾਲੇ ਨੇ ਹਾਂਜੀ ਜਿੱਦਣ ਪਹਿਲੀ ਵਾਰ ਕੈਮਰੇ ਸਾਹਮਣੇ ਕੀ ਮਾਹੌਲ ਕੀ ਹੁੰਦਾ ਦਾ ਮਤਲਬ ਪਿਛਲੇ ਪਾਸੇ ਕੈਮਰਾ ਜਿਹੜਾ ਬੰਦਾ ਹੋਵੇ ਨਾ ਪਹਿਲਾਂ ਰੌਲਾ ਪਾਉਂਦਾ ਹੁੰਦਾ ਵੀ ਇੱਥੋਂ ਐਨੂੰ ਹੋ ਜਾਓ ਇੱਥੋਂ ਐਨੂੰ ਹੋ ਜਾਓ ਆਹ ਭਾਈ ਗਲਤ ਕੱਟ ਰਿਪੀਟ ਅਤੇ ਜਦੋਂ ਆਪ ਬੰਦਾ ਪਹਿਲੀ ਵਾਰ ਆਵੇ ਦੋ ਦੋ ਕੀ ਬਹੁਤ ਭਾਈ ਮਹਿਸੂਸ ਹੁੰਦਾ ਫਿਰ ਹੋਇਆ ਕਿ ਮੈਂ ਤਾਂ ਯਾਰ ਐਵੇਂ ਪਿੱਛੇ ਰੌਲਾ ਪਾਈ ਗਿਆ ਅਤੇ ਨਹੀਂ ਵੀ ਅਗਲਾ ਬੰਦਾ ਸਹੀ ਸੀ ਅਕਸਰ ਇੱਦਾਂ ਹੀ ਹੁੰਦਾ ਇਹ ਰਿਐਲਿਟੀ ਆ ਮਤਲਬ ਟੈਨਸ਼ਨ ਨਹੀਂ ਲੈਣੀ ਕੋਈ ਅੱਛਾ ਫਿਰ ਉਸ ਤੋਂ ਬਾਅਦ ਜਿਹੜਾ ਤੁਹਾਡੀ ਪਹਿਲੀ ਰੀਲ ਪਹਿਲੇ ਤਾਂ ਉਹਦੇ ਨਾਲ ਹੀ ਹੋ ਗਈ ਸੀ ਥੋੜ ਦੇ ਨਾਲ ਫਿਰ ਉਸ ਤੋਂ ਬਾਅਦ ਇਹਨਾਂ ਦੇ ਨਾਲ ਕਿਹੜੀ ਰੀਲ ਬਣੀ ਸੀ ਇਹਨਾਂ ਦੇ ਨਾਲ ਭਜੀ ਫਿਲਹਾਲ ਤਾਂ ਸਲੋਮੋ ਪਹਿਲਾਂ ਬਣਾਇਆ ਸੀਗਾ ਇਦਾਂ ਹੀ ਅਪਲੋਡ ਕੀਤਾ ਇਹ ਫਸਟ ਟਾਈਮ ਸਾਡੇ ਘਰੇ ਆਏ ਸੀ ਕ੍ਰਿਸਮਸ ਡੇ ਤੇ ਕ੍ਰਿਸਮਸ ਤੇ ਆਏ ਸੀ ਤੇ ਉਦੋਂ ਅਸੀਂ ਦੋ ਵੀਡੀਓਜ਼ ਬਣਾਈਆਂ ਸਲੋਮੋ ਬਣਾਏ ਸੀਗਾ ਤਾਂ ਉਹਨਾਂ ਵਿੱਚ ਇਹ ਬਹੁਤ ਵੀਡੀਓ ਵਾਇਰਲ ਹੋਈਆਂ ਸੀਗੀਆਂ ਨਾਲ ਦੋਨੋਂ ਹਿੰਦੀ ਵਾਇਰਲ ਹੋਈਆਂ ਸੀਗੀਆਂ ਉਦੋਂ ਟਾਈਮ ਕਿਹੜਾ ਸੀ ਇੰਸਟਾਗ੍ਰam ਜਾਂ ਟਿਕਟੌਕ ਇੰਸਟਾ ਸੀਗਾ ਇੰਸਟਾ ਤੇ ਵੀਡੀਓ ਸੀਦੀ ਬੰਦਾ ਵਾਇਰਲ ਹੋਇਆ ਨਾ ਸ਼ਾਇਦ ਤੁਹਾਡੇ ਫਾਲੋਅਰ ਤੋਂ ਕਾਫੀ ਹੋਣੇ ਹਨ ਜੀ ਇਹਨਾਂ ਦੇ ਫਾਲੋਅਰ ਸੀਗੇ 30 ਤੋਂ 30k ਤੋਂ ਪਲੱਸ ਸੀਗੇ ਇਹਨਾਂ ਦੀ ਪ੍ਰੋਫਾਈਲ ਜੀ ਤੇ ਮੋਸ ਤੇ ਕਿੰਨੀ ਆ ਮੋਸ ਤੇ ਮੇਰੇ ਹੈਗੇ 1.2 ਮਿਲੀਅਨ ਆ ਹਾਂਜੀ ਤੇ ਇੰਸਟਾ ਤੇ 50k ਕੰਪਲੀਟ ਹੋਣ ਵਾਲੇ ਆ ਕੀ ਬਾਤ ਹੈ ਆਈਡੀਆ ਕੀ ਕੀ ਨੇ ਪਹਿਲਾਂ ਤਾਂ ਸੇਮ ਹੀ ਆ ਦੋਨਾਂ ਦੀਆਂ ਆਈਡੀਆ ਇੰਸਟਾ ਦੀ ਹੈਗੀ aliaq66 ਤੇ ਮੋਸ ਦੀ ਵੀ ਸੇਮ ਹੈ aliaq66 ਕੋਈ ਵਿੱਚ ਮਤਲਬ ਸਲੈਸ਼ ਜਾਂ ਮਤਲਬ ਨਹੀਂ ਕੁਝ ਨਹੀਂ ਹੈ ਕੁਝ ਨਹੀਂ ਹੈਗਾ ਨਹੀਂ ਸਿੰਪਲ ਹੀ ਹਾਂਜੀ ਚਲੋ ਸਹੀ ਹੈ ਤੇ ਫਿਰ ਹੁਣ ਅੱਗੇ ਕੀ ਸੋਚਿਆ ਅਗਲੀ ਜ਼ਿੰਦਗੀ ਦਾ ਅਗਲੀ ਜ਼ਿੰਦਗੀ ਦਾ ਹੁਣ ਬਸ ਇਹੀ ਫੋਕਸ ਇਸ ਤੇ ਕਰਨਾ ਹੈ ਇਸ ਤੇ ਮਤਲਬ ਕਿ ਕਿਸੇ ਮੂਵੀਜ਼ ਦੇ ਵਿੱਚ ਜਾਂ ਸੌਂਗ ਵਗੈਰਾ ਦੇ ਵਿੱਚ ਅਸੀਂ ਖੁਦ ਦਾ ਕਰੀਏ ਵੈਸੇ ਤਾਂ ਹੁਣ ਮੇਰਾ ਫਰਸਟ ਵਲੌਗ YouTube ਦਾ ਵੀ ਅਸੀਂ ਕੰਮ ਕਰਨਾ ਸ਼ੁਰੂ ਕਰ ਦੇਣਾ ਫਰਸਟ ਵਲੌਗ ਮੇਰਾ ਆਏਗਾ ਬਰਥਡੇ ਦਾ ਚਲੋ ਉਸ ਤੋਂ ਬਾਅਦ ਫੋਕਸ ਕਰਾਂਗੇ ਅਸੀਂ ਵਾਹਿਗੁਰੂ ਮਿਹਰ ਕਰੇ ਤੇ ਤੁਸੀਂ ਉਦੋਂ ਮਤਲਬ ਤੁਹਾਡੀ ਏਜ ਕੀ ਸੀ ਜਦੋਂ ਫਾਦਰ ਸਾਹਿਬ ਦੀ ਡੈਥ ਹੋਈ ਮੈਂ 5 ਸਾਲ ਦੀ ਸੀਗੀ ਅੱਛਾ ਹਾਂਜੀ ਤੇ ਫਿਰ ਸਾਰਾ ਕੁਝ ਤੋਂ ਬਾਅਦ ਮੰਮਾ ਨੇ ਸਟੱਡੀ ਕਰਾਈ ਮੰਮਾ ਨੇ ਤੇ ਵੈਸੇ ਮੰਮਾ ਕੀ ਕੰਮ ਕਰਦੇ ਨੇ ਹਾਊਸਵਾਈਫ ਨੇ ਮੰਮਾ ਤਾਂ ਕੁਝ ਨਹੀਂ ਹਾਊਸਵਾਈਫ ਹੀ ਫਿਰ ਇਹਨਾਂ ਬਰਡਨ ਕਿਵੇਂ ਚਾ ਬਰਡਨ ਬਸ ਕੁਝ ਰਿਲੇਟਿਵ ਦੇ ਵਿੱਚ ਹੈਲਪ ਕੀਤੀ ਹੋਈ ਸੀ ਮਾਮੂ ਜੀ ਉਹਨਾਂ ਨੇ ਫਿਰ ਬਾਅਦ ਵਿੱਚ ਬ੍ਰਦਰ ਸਟੱਡੀ ਵੀ ਕਰਦੇ ਹੁੰਦੇ ਸੀ ਨਾਲ ਨਾਲ ਕੰਮ ਵੀ ਕਰਦੇ ਹੁੰਦੇ ਸੀ ਸਾਡਾ ਖਰਚਾ ਵੀ ਚੱਕਦੇ ਹੁੰਦੇ ਸਕੂਲ ਦੀਆਂ ਫੀਸਾਂ ਵਗੈਰਾ ਬ੍ਰਦਰ ਨੇ ਹੈਂਡਲ ਕਰਨੀਆਂ ਸੀਗੀਆਂ ਤੇ ਜਦੋਂ ਉਹ ਆਪਣੀ ਹੋਸ਼ ਦੇ ਵਿੱਚ ਆ ਗਏ ਤਾਂ ਫਿਰ ਉਹਨਾਂ ਨੇ ਮਤਲਬ ਕਿ ਸਟੱਡੀ ਆਪਣੀ ਰੋਕ ਦਿੱਤੀ ਸੀਗੀ ਫਿਰ ਸਾਨੂੰ ਮਤਲਬ ਕਿ ਪੜ੍ਹਾਇਆ ਉਹਨਾਂ ਨੇ ਤੇ ਸਿਸਟਰ ਦੀ ਫਿਰ ਮੈਰਿਜ ਵੀ ਕੀਤੀ ਉਹਨਾਂ ਨੇ ਅਸੀਂ ਘਰ ਵੀ ਆਪਦਾ ਖੁਦ ਹੀ ਆਪਣੇ ਸਿਰੋਂ ਬਣਾਇਆ ਸੀਗਾ ਹੁਣ ਤਾਂ ਤੁਹਾਨੂੰ ਮਤਲਬ ਕਹਿੰਦੇ ਨਾ ਵੀ ਇੰਸਟਾਗ੍ਰਾਮ ਜਾਂ ਫੇਮਸ ਹੋ ਜਾਏ ਕੁਝ ਨਾ ਕੁਝ ਆਉਣ ਲੱਗ ਜਾਂਦਾ ਕਿ ਸਟੋਰੀ ਦਾ ਆ ਗਿਆ ਜਾਂ ਮੌਜ ਐਪ ਦੇਣ ਲੱਗ ਜਾਂਦੀ ਹੈ ਹਾਂਜੀ ਮੈਨੂੰ ਇੰਸਟਾ ਤੇ ਪ੍ਰਮੋਸ਼ਨਾਂ ਆਉਂਦੀਆਂ ਬਹੁਤ ਜ਼ਿਆਦਾ ਆਉਂਦੀਆਂ ਤੋ ਸੋ ਮੈਂ ਕਰਦੀ ਵੀ ਹੈਗੀ ਆ ਤਾਂ ਮੋਸ ਤੋਂ ਮੈਨੂੰ ਗਿਫਟ ਵਗੈਰਾ ਵੀ ਆਉਂਦੇ ਆ ਕਿਸੇ ਵੀ ਤਿਉਹਾਰ ਦਾ ਜਾਂ ਗਿਫਟ ਆਉਂਦੇ ਆ ਤੇ ਉਹਦੀ ਮੈਨੂੰ ਸੈਲਰੀ ਪੇ ਹੁੰਦੀ ਆ ਸੋ ਅੱਜ ਦੀ ਤੁਹਾਡੀ ਮੁਲਾਕਾਤ ਕਰਵਾਈ ਸੀ ਅਸੀਂ ਆਲੀਆ ਜੀ ਅਤੇ ਗਿੱਲ ਦੇ ਨਾਲ ਕਿਉਂਕਿ ਹਮੇਸ਼ਾ ਹੀ ਇੱਕ ਕਹਾਣੀ ਹੁੰਦੀ ਆ ਜਦੋਂ ਬੰਦੇ ਨੇ ਫੇਮਸ ਹੋਣਾ ਹੋਵੇ ਵਾਇਰਲ ਹੋਣਾ ਹੋਵੇ ਤਾਂ ਇਹ ਨਹੀਂ ਹੁੰਦਾ ਕਿ ਇੱਕ ਰੀਲ ਪਾਈ ਤਾਂ ਬੰਦਾ ਵਾਇਰਲ ਹੋ ਕੇ ਸਟਾਰ ਬਣ ਜਾਂਦਾ ਕਿਉਂਕਿ ਉਸਨੂੰ
तो उतार चढ़ाव भी आते हैं। सो जे नहीं मतलब जे किसी लगता भी एक ही रील वायरल हो जाती है, सो साडा एक बंदा हैगा, अं तो पुछ सकते हो भाई ना है वह गोरा सरपंच, जे नहीं वेखना तुम जाके वेख सकते भाई कि मेहनत कर दिया। सो अज की गलबात का जी करके थोड़ा लगता कि वधिया लगे होगा, क्योंकि हमेशा साड़ी कोशिश होंगी थोड़ा वधिया जी गल्लां ने वो दिखाई जा जिन्हों तो कोई चंगी सेध मिल जाए, क्योंकि हमेशा हर एक बंदा चाहता कि सानू फेम मिले, सानू फेम मिले। तो फेम की पिछली कहानी की होंगी है, एक जरूरी होंगी है, जिहड़ा शीशा ना वो दिखाना जरूरी होंगे कि किन्नी मेहनत करके बंदा स्टार बनया। सो हुण मैनूं दिओ आजाद कैमरामैन गुरदे नाल गुरचेत सिंह औल, सत श्री अकाल।